ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਅੱਜ ਆਪਾਂ 26 ਦੀ ਪਨੀਰੀ ਬੀਜਣ ਲੱਗੇ ਆ ਜੀ 24 ਜੂਨ ਅੱਜ 2021 ਤੇ ਪਨੀਰੀ ਬੀਜਣ ਲੱਗੇ ਆ ਕੱਦੂ ਦੇ ਵਿੱਚ ਜਿੱਥੇ ਆਪਾਂ ਝੋਨਾ ਲਾਇਆ ਹੋਇਆ ਤੇ ਇਦਾਂ ਬਣਾਤਾ ਜੀ ਕਿਹੜਾ ਚੂਹੇ ਦੀ ਬਹੁਤ ਦਿੱਕਤ ਆ ਜੇ ਕਿਸੇ ਏਰੀਆ ਦੇ ਵਿੱਚ ਪਨੀਰੀ ਨਹੀਂ ਹੁੰਦੀ ਚੂਹੇ ਦੀ ਦਿੱਕਤ ਆ ਤਾਂ ਇਦਾਂ ਬੀਜੋ ਸਭ ਤੋਂ ਵਧੀਆ ਤਰੀਕਾ ਵਾ ਕੱਦੂ ਕਰਕੇ ਵਾਣ ਨੂੰ ਤੇ ਕਿਹੜਾ ਬਣਾਤਾ ਨਿੱਕਾ ਜਿਹਾ ਆਪਣਾ ਆਚਾਰ ਵਾਲੀ ਮੱਕੀ ਬੀਜੀ ਹੋਈ ਆਪਾਂ 20 22 ਤਰੀਕ ਨੂੰ ਜੁਲਾਈ ਨੂੰ ਆਪਾਂ ਵੀ ਜਾਣੀ ਤੇ ਚਾਰ ਪਾਉਣਾ ਵਾ ਮਹੀਨਾ ਲੈਂਦੀ ਆ ਹਜੇ ਤੇ ਉਸ ਤੋਂ ਬਾਅਦ ਜਿਹੜੀ ਆ ਹੁਣ 26 ਝੋਨੇ ਦੀ ਪਨੀਰੀ ਬੀਜਣ ਲੱਗੇ ਆ ਅੱਜ ਤੇ ਆ ਆੜ ਬਣਾਤੀ ਆਪਾਂ ਐਨ ਪੂਰੀ ਓਰੀਜਨਲ ਤੇ ਪਾਣੀ ਇਹਦਾ ਨਿਕਲਦਾ ਕਰਤਾ ਨੀਵੇਂ ਖੱਤੇ ਨੇ ਤੇ ਇਦਾਂ ਪਨੀਰੀ ਬੀਜਣ ਲੱਗੇ ਆ ਜੀ 26 ਦੀ ਤੇ ਚੂਹੇ ਬਹੁਤ ਤੰਗ ਕਰਦੇ ਆ ਪਾਸੇ ਤਾਂ ਹੁੰਦੀ ਨਹੀਂਗੀ ਇੱਕ ਦੋ ਸਾਲ ਬੀਜ ਦੇ ਰਹੇ ਆ ਪਰ ਹੁਣ ਅਸੀਂ ਪਿਛਲੇ ਸਾਲ ਦੇ ਇਦਾਂ ਬੀਜਣ ਲੱਗ ਗਏ ਕਦੂ ਕਰਕੇ ਤੇ ਝੋਨੇ ਦੇ ਵਿੱਚ ਵੀ ਆਸੇ-ਪਾਸੇ ਕਿਤੇ ਵੀ ਇੱਥੇ ਝੋਨਾ ਨਹੀਂ ਹੈਗਾ ਇਧਰ ਪਨੀਰੀ ਖੜੀ ਆ ਇਹ ਵੀ ਕੱਲ ਨੂੰ ਪਰਸੋਂ ਨੂੰ ਜਾਨੀ ਕੀ ਆ ਥੋੜੇ ਜੇ ਪੱਠੇ ਖੜੇ ਆ ਵੱਢ ਕੇ ਇਹ ਵੀ ਕਦੂ ਕਰ ਦੇਣਾ 2-4 ਦਿਨਾਂ ਦੇ ਵਿੱਚ ਵਿੱਚ ਤੇ ਕੰਮ ਵੀ ਐ ਚੂਹੇ ਚਾਹ ਦਾ ਜਿਹੜੀ ਮੁਸ਼ਕਲ ਆ ਜਿਹੜੀ ਹੱਲ ਹੋ ਜੂਗੀ ਤੇ ਕਿਵੇਂ ਲੱਗਿਆ ਸਾਡਾ ਜਗਾੜਾ ਜ਼ਰੂਰ ਕਰਿਓ ਕਮੈਂਟ ਤੇ ਵੀਡੀਓ ਵੀ ਲਾਈਕ ਸ਼ੇਅਰ ਜਰੂਰ ਕਰੋ ਕਿਉਂਕਿ ਸ਼ੇਅਰ ਦੇ ਨਾਲ ਕਈ ਵੀਰਾਂ ਕਈ ਏਰੀਆ ਦੇ ਵਿੱਚ ਦਿੱਕਤ ਆਉਂਦੀ ਆ ਚੂਹੇ ਦੀ ਵੀਰ ਬਹੁਤ ਮੁਸ਼ਕਲ ਪੇਸ਼ ਆਉਂਦੀ ਆ ਪਨੀਰੀਆਂ ਦੀ ਫਿਰ ਮੁੱਲ ਲੈਣੀ ਪੈਂਦੀ ਆ ਤੇ ਪਨੀਰੀ ਦਾ ਆਵਦੀ ਹੋਈ ਹੋਵੇ ਤਾਂ ਵਧੀਆ ਵਾ ਤੇ ਕਿਵੇਂ ਲੱਗਿਆ ਸਾਡਾ ਜਗਾੜਾ ਦੱਸਿਓ ਜਰੂਰ ਨਾਲੇ ਸ਼ੇਅਰ ਕਰਿਓ ਹੋਰ ਵੀਰਾਂ ਤੱਕ ਵੀ ਆ ਝੋਨਾ ਲੱਗਾ ਹੋਇਆ ਪੂਸਾ 43 ਅੱਜ ਹੀ ਲਾਇਆ ਵਾ ਤੇ ਕੱਦੂ ਕੀਤਾ ਸੀਗਾ ਸਵੇਰੇ ਤੇ ਆ ਅੱਜ ਕਿਹੜਾ ਬਣਾਤਾ ਦੁਪਹਿਰਾਂ ਵਾਲੇ ਹੁਣ 26 ਝੋਨੇ ਦੀ ਪਨੀਰੀ ਰਲਉਣ ਲੱਗੇ ਆ ਵੇ ਢੀਲਿਆ ਆ ਕੇ ਰੱਖਿਆ ਹੋਇਆ ਵਾ ਤੇ ਛਾਪਾ ਮਾਰ ਦਿਆਂਗੇ ਤੇ ਹਾਂਜੀ ਬਾਕੀ ਉੱਗੀ ਹੋਈ ਪਨੀਰੀ ਬਣੀ ਹੋਈ ਪਨੀਰੀ ਵੀ ਦਿਖਾਵਾਂਗੇ ਤੁਹਾਨੂੰ ਧੰਨਵਾਦ ਜੀ